हाँ जी, सत श्री अकाल जी सारिया नूं। की हाल चाल ने सब? चढ़दी कला विच ते आपां वी पहुंच गए अपनी शॉप ते। रोज दी तरह सेम काम सेम कार ते मैं ते नाल मेरे हरमन उच्चे पिंड वाला। ते हुण आपां करांगे अपने काम कार दी तैयारी। हरमन की है करन वाला इत्थे अपना काम? असीं लगभग सारा रात नूं ही निबेड़ दिंदे आ। हुण ਹੋਰ ਕਈ ਕੰਮ ਹੁੰਦੇ ਕਰਨ ਵਾਲੇ, ਸਮਾਨ ਲਿਆਉਣਾ ਇੱਦਾਂ ਉੱਦਾਂ, ਦੁਕਾਨ ਦੇ ਹੋਰ ਬਹੁਤ ਕੰਮ ਹੋ ਜਾਂਦੇ। ਜਿਹੜੇ ਮਤਲਬ ਫਿਜੀਕਲ ਵਾਲਾ ਕੰਮ ਅਸੀਂ ਸ਼ਾਮ ਨੂੰ ਵੇਟ ਦੀ ਦੇ, ਅਤੇ ਦਿਨ ਦੇ ਵਿੱਚ ਅਸੀਂ ਆਪਣਾ ਜਿਹੜਾ ਆਪਣਾ ਉੱਪਰ ਵਾਲੇ ਕੰਮ ਆਪਣੇ ਆਹ ਕਰ ਲਈ ਦੇ ਹਾਂ। ਸਵਾ ਕੱਢਦੀ ਵਿੱਚੋਂ ਅਤੇ ਇਹਨੂੰ ਅੱਗ ਲਾ ਜਾਣੀ ਸੀ ਹਰਮਨ। ਅਤੇ ਹੁਣ ਹਰਮਨ ਕਰੂਗਾ ਥੋੜ੍ਹੀ ਬਹੁਤੀ ਸਫਾਈ ਜਿਹੜੀ ਰਹਿ ਗਈ ਸੀ ਕਰਨ ਵਾਲੀ, ਅਤੇ ਮੈਂ ਜਾਊਂਗਾ ਲੈਣ ਵਾਸਤੇ ਡਾਕਟਰ ਤੋਂ ਅਪੁਆਇੰਟਮੈਂਟ, ਕਿਉਂਕਿ ਸੱਟ ਲੱਗੀ ਸੀ ਗੋਡੇ 'ਤੇ ਅਤੇ ਗੋਡਾ ਨਹੀਂ ਹੋਇਆ ਠੀਕ। ਵੀ ਦੋ ਦਿਨ ਵੀਕਐਂਡ ਆ ਗਿਆ ਸੀਗਾ, ਡਾਕਟਰ ਬੰਦ ਸੀਗੇ, ਅਤੇ ਹੁਣ ਜਾ ਕੇ ਡਾਕਟਰ ਤੋਂ ਲਿਆਉਂਗਾ ਪਹਿਲਾਂ ਅਪੁਆਇੰਟਮੈਂਟ। ਪਹਿਲਾਂ ਅਪੁਆਇੰਟਮੈਂਟ ਲੈ ਕੇ ਆਉਣੀ ਆ, ਫਿਰ ਜਾ ਕੇ ਉਹਦਾ ਐਕਸਰਾ ਕਰਾਉਂਗੇ ਆਪਾਂ, ਫਿਰ ਦੇਖਿਆ ਪ੍ਰੋਬਲਮ ਕੀ ਹੈ, ਅਤੇ ਬਾਅਦ ਜਾ ਕੇ ਜਾਊਂਗੇ ਆਪਾਂ ਫਿਜ਼ੀਓਥੈਰੇਪੀ ਵਾਲੇ ਕੋਲ, ਫਿਰ ਉਹ ਦੇਖਦੇ ਕੀ ਕਹਿੰਦੇ, ਅਤੇ ਫਿਰ ਆਪਾਂ ਚੱਲਦੇ ਹਾਂ ਲੈਣ ਵਾਸਤੇ ਡਾਕਟਰ ਤੋਂ ਅਪੁਆਇੰਟਮੈਂਟ। ਅਤੇ ਹਰਮਨ ਤੂੰ ਮੇਰਾ ਮਤਲਬ ਬਣ ਕੇ ਨਾ, ਮੈਂ ਮਿੰਟ 10-15 ਮੁੜ ਕੇ ਆਇਆ। ਕੀ ਬਣ ਕੇ? ਮੇਰਾ ਮਤਲਬ ਬਣ ਕੇ ਮਤਲਬ 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 ਹੁੰਦਾ ਵੀ ਸਾਡੇ ਮਾਲਵੇ ਕਹਿੰਦੇ ਆ ਮਤਲਬ ਬਣ ਕੇ ਵੀ ਪੁੱਤ ਬਣ ਕੇ ਠੀਕ ਹੈ, ਅਤੇ ਨਿਬੇੜ ਦੇ ਕੰਮ ਮੈਂ 10 ਮਿੰਟ 'ਚ ਮੁੜ ਕੇ ਆ ਠੀਕ ਹੈ। ਅਤੇ ਆਪਾਂ ਚੱਲਦੇ ਹਾਂ ਡਾਕਟਰ ਦੇ ਲੈਣ ਵਾਸਤੇ ਆਪਣੀ ਅਪੁਆਇੰਟਮੈਂਟ। ਪੂਰੀ ਧੁੱਪ ਹੈ ਜੇ ਮੌਸਮ ਦੇ ਵਿੱਚ ਐਨ ਕਿੱਦਾਂ ਲਾਈ ਫੜਾ ਵੀ ਫੜਾ ਗਿਆ ਮੋਟਰ ਇਹ ਉੱਦਾਂ ਜਿਹੜੀ ਚਾਹ ਲਿਆਉਂਦੀ ਸੀ ਉੱਦਾਂ ਨੀਲੋ ਗੱਡੀ ਲੈ ਕੇ ਆਏ, ਇਹ ਵੀ ਅੱਜ ਆਉਣ ਲੱਗੇ ਫੜਾਇਆ ਮੋਟਰ ਉਹਨਾਂ ਨੂੰ। ਚੱਲਾਂਗੇ ਇਹਦੇ ਵਿੱਚ ਆਪਾਂ, ਹੁਣ ਚੱਲਦੇ ਹਾਂ ਪਹਿਲਾਂ ਡਾਕਟਰ ਅਪੁਆਇੰਟਮੈਂਟ ਲੈ ਕੇ ਆਉਂਦੇ ਹਾਂ। ਤੁਸੀਂ ਮੌਸਮ ਚੈੱਕ ਕਰੋ ਜੀ ਕਿੰਨਾ ਵਧੀਆ, ਐਨ ਟੌਪ ਦਾ ਮੌਸਮ ਅੱਜ ਪੂਰਾ ਜਿਹਨੂੰ ਕਹਿੰਦੇ ਆ ਨਾ ਧੁੱਪ ਵਾਲਾ ਸਨੀ ਡੇ। ਚੱਲ ਬਈ ਚੱਲ ਯਾਰ, ਅਤੇ ਆਪਾਂ ਨੂੰ ਦੇਖ ਕੇ ਵਧੀਆ ਜੀ ਪਾਰਕਿੰਗ, ਗੱਡੀ ਪਾਰਕਿੰਗ ਹੋਣੀ ਇੱਧਰ ਲੱਗਣਾ, ਗੱਡੀ ਪਾਰਕਿੰਗ ਚੱਲਾਂ ਮੈਂ ਗੱਡੀ ਪਾਰਕਿੰਗ ਦੇਖ ਕੇ। ਚਾਹ ਹੋਇਆ ਕੋ ਮੈਂ 27 ਉੱਤੋਂ ਪੈਣੇ ਉੱਤੋਂ ਪੈਣੇ ਦੋ ਮੇਰੇ ਤੋਂ ਬਾਅਦ ਚੈਸ ਪੈਸੀ ਓਕੇ ਸੀ ਸੀ ਗ੍ਰਾਸੀਏ ਇੱਥੇ ਗੋਡਾ ਦੁਖ ਦੇ ਲਾਈ ਫਿਰ ਐਨਕ ਅਤੇ ਆਪਾਂ ਨੂੰ ਵੇਟ ਕਰਨ ਵਾਸਤੇ ਕਹਿ ਦਿੱਤਾ ਡਾਕਟਰ, ਹਾਲੇ ਬਿਜ਼ੀ ਆ ਅਤੇ ਉਸ ਤੋਂ ਬਾਅਦ ਦੇਖਦੇ ਹਾਂ ਵੀ ਆਪਾਂ ਨੂੰ ਅਪੁਆਇੰਟਮੈਂਟ ਅੱਜ ਦੀ ਮਿਲਦੀ ਹੈ ਅਤੇ ਕੱਲ੍ਹ ਦੀ ਮਿਲਦੀ ਹੈ। ਸੋ ਯਾਰ ਅਪੁਆਇੰਟਮੈਂਟ ਆਪਾਂ ਲੈ ਆਏ ਡਾਕਟਰ ਤੋਂ, ਆਪਾਂ ਨੂੰ ਮਿਲਿਆ ਕੱਲ੍ਹ ਸ਼ਾਮ ਦੀ 6:45 ਦੀ, ਪਰ ਪ੍ਰੋਬਲਮ ਸੇਮ ਹੈ ਕਿ ਵੀ ਸ਼ਾਮ ਨੂੰ ਸਾਡਾ ਕੰਮ ਦਾ ਟਾਈਮ ਹੁੰਦਾ। ਚਲੋ ਦੇਖਦੇ ਹਾਂ ਕੀ ਬਣਦਾ ਹੁਣ, ਉਹ ਕਹਿੰਦੇ ਜਾਂ ਕੱਲ੍ਹ ਦੀ ਮਿਲੇ ਜਾਂ ਫਿਰ ਅਗਲੇ ਹਫ਼ਤੇ, ਮੈਂ ਕਿਹਾ ਚੱਲ ਕੱਲ੍ਹ ਦੀ ਲੈ ਲੈਂਦੇ। ਅਤੇ ਆਪਾਂ ਹੁਣ ਚੱਲਦਾ ਦੇਣ ਵਾਸਤੇ ਆਪਣਾ ਪਿਸੋਲੀਓ ਜਿਹੜਾ ਉਦੋਂ ਬਾਹਰ ਤੋਂ ਲਿਆਂਦਾ ਸੀਗਾ ਉਹ ਦੇ ਕੇ। ਚਾਹ ਬੈਲੋ ਚਾਹ ਅਤੇ ਦੇ ਕੇ ਫਿਰ ਆਪਾਂ ਚੱਲਦੇ ਹਾਂ। ਕਿੰਨਾ ਚੰਗਾ ਕਿੰਨਾ ਮਾੜਾ ਨੀ, ਸੋ ਆਪਾਂ ਪਹੁੰਚ ਗਏ ਬਾਹਰ ਤੇ, ਨਾਲੇ ਆਪਾਂ ਦੇਵਾਂਗੇ ਇਹਨੂੰ ਵਿਸੋਲ ਜਿਹੜਾ ਉਦੋਂ ਲੈ ਗਏ ਸੀ ਆਪਾਂ, ਅਤੇ ਨਾਲੇ ਹੁਣ ਐਵੇਂ ਤਾਂ ਨਾਲੇ ਪੀ ਲਾਂਗੇ ਆਪਾਂ ਚਾਹ ਦਾ ਘੁੱਟ। ਚਾਹੋ ਕਿਸ਼ਤੀ ਯਾਤਰਾ ਜ਼ੋਰ ਨੂੰ ਇੱਕ ਹੀ ਮੁੱਕਾ ਸਕਦਾ ਸੀ। ਸੋ ਚਾਹ ਆਪਣੀ ਹੋ ਗਈ ਬਣ ਕੇ ਰੈਡੀ, ਅਤੇ ਆਪਾਂ ਹੁਣ ਇਹ 'ਚ ਮਿੱਠਾ ਸਿਰ ਨਹੀਂ ਪੁੱਜਦਾ, ਥੋੜ੍ਹਾ ਸ਼ੇਕ ਕਰਕੇ ਇੱਕ ਘੁੱਟੇ ਖੜਮ ਘੁੱਟ ਵਧੀਆ ਇੱਕ ਆਪਾਂ ਲੈ ਲੈਂਦੇ ਹਾਂ।
दिस फिश ते हुण चलदे आपां शॉप ते नूं। सो यार चाह लई आपां ने पी ते मैनूं कमेंटां विच वी कहिंदे कहिंदे यार तूं चाह बहुत पीने ते वैसे भी घर दे भी गालां कढ़दे कहिंदे चाह तूं ज़्यादा पीना कुछ पर बहुत ही नहीं पीता दिन दे विच दो तीन वारी ही पीने कफे जिहड़ा बहुत ही ज़्यादा हुंदी आ जे अपने इंडिया हिसाब से देखे जाए इंडिया दे एडे एडे गलास भर के पीते रहे हैं वह भी कितने सवे 5 बजे वाली फिर 8 बजे फिर 10 बजे वाली तो और दिन तीन टाइम पी माड़ी माड़ी घुट होंगी देखियो तुम अद्धा घुट के बच्चे चाह खत्म हो जाती पर एनर्जेटिक होंगी है बहुत ज़्यादा तो पी के होंगे भी कुछ करिए कम करिए वधिया फील होंगे मतलब कहना था मेरा तो एक सवेरे एक दोपहर एक शाम दो तीन टाइम चाह पीनी पर तीन टाइम पी दी है जे कि बच्चे दौ लग जाए तो घर की बनी हुई चाह भी पी ली दी है मम्मी के हाथ की। पिछे तो बिल्लियां लादियां नहीं गड्डी पर यह अपने आड़ी लादी अपनी जी अपने पीछे तो आता बिल्ला जहा जगह है नहीं गड्डी लाने इतने ला दें ये भी पार्किंग अपनी वाला लगभग हाँ जी हरमन सिंह की कदम वाल नबेड़ता काम सारी अंदर आ कलर है क्या बहर वाला है ना आ भी चक दे जेड़े आ पे ना पेपर से वारंटी नहीं अपनी एक मिनट आ नवे माने मैं सीधे कर लाने नाले है ना इधर उधर ते अपन चल लेने वास्ते समान अपना आज ब्लॉग बहुत लेट आया है आज ब्लॉग बहुत लेट आया ब्लॉग तो सुन ला यार मैं समा ते कहना सीगा रात कोई नैट की प्रॉब्लम सी नैट की प्रॉब्लम करके जूँ रात एक बजे का ब्लॉग मैं अपलोड करने वास्ते लगे वा तू वेला भी सवेरे या 7 बजे गुस्सा उठ दे उदो उठ के देखिया मैं उदों तक भी लोड नहीं सी होया अपलोड नहीं सी होया दोबारा फिर उन्होंने लगे सुबह 8-9 घंटे लगे मैं पूरी रात में खजल हों रह गया तो मैंने एक दो मुंडे फोन में जो अपने हेल्थ दीपा कहना भाई ब्लॉग नहीं है अच्छी की गल होगी मैं क्या यार भी इदा दिक्कत पै गई कोई नैट की प्रॉब्लम पै गई है ना ताही 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 चल कोई नहीं अज पावे टाइम ना तो सूझ है खर में किमें चमक रहा उधर है धुप लगे पूरी है गर्मी के ऐसे मौसम देख इधर सूरज एन पूरा ना जिदा पूरी पीकते हैं मैं कहना जो इदा ही सूरज चढ़ता रहा हम अगले महीने गर्मी आ जानी है पहुंच चले अपनी मार्केट के समान जोड़ा लेना पैसा मिनटों मिनट ले लेना अपने हरमन कैश एंड कैरी मैं ही राणा सो यार आप समान समून लेके निकले अभी बहर तो हरमन मेरे तो पहले बहर निकले होंगे मैं उसे लैंस लग जाने पैसे देने वास्ते ये आके उन्हें समान समून लदन लग जाता है आ बोतल खाली अपनी आई हरमन बकेरिया चौल लते हैं चौल तो मैं 20 किलो तरह दे हरमन 40 किलो चौल चुकी बैठ रहा मैं आप जग करना है बस तो कोला रह गया रखने तो एक कुछ उतो हाँ तीन दस बच्चे से ना समान सू लद लिया अपने बेल्ट भी ला लीए गर्म बड़ी बड़ी बेल्ट भी लाई थले क्लिप लाना क्लिप ला दे समान आप लद लिया हूँ आप चलते अपनी दुकान तेनू तो उत्थे जाके समान सू उतारा जानू परेशानी भी आ जाना फिर खावे रोटी आप दोपहर की जो खावे अच्छे खाना की आ घर खाने की बनाया जो ये तो सरप्राइज जाके मिलूगा है ना चलो तो आप चलते हैं इतने लाती पर जो इधर भैया
ਕਿਦਾਂ ਉਹ ਤਾਰ ਦਨੇ ਆ ਚੱਕ ਲੈ ਰੇਡੀ ਚੱਕ ਲੈ ਚਾਬੀ ਚਾਬੀ ਬਾਹਰ ਫੜ ਲੈਣੇ ਆ ਖਿੱਚ ਕੇ ਨਾ ਗੱਡੀ ਨੂੰ ਹੱਥ ਪਾਣੀ ਉੱਪਰ ਇਹਦੇ ਪਰਲੇ ਪਾਸੇ ਨੂੰ ਪਰਲੇ ਪਾਸੇ ਨੂੰ ਗੱਡੀ ਨਾ ਮਾਰੀ ਦੂਜਾ ਤੇ ਕਿੱਥੇ ਤੇਰਾ ਹਾਂ ਚੱਕ ਕੇ ਮਨ ਲੱਗਦੇ ਗਏ ਕਿਤੇ ਗੱਡੀ ਛਲੀ ਜਾਵੇ ਕਿਸੇ ਦੀ ਚੱਕ 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 ਆਪਣੇ ਕਿਵੇਂ ਕਹਿੰਦੇ ਇੰਡੀਆ ਵਧਾ ਕੇ ਮੋੜ ਚਾਬੀ ਚੱਕ ਲੈ ਪੀਜ਼ਰੀਆ ਦੀ ਚਲੋ ਗੱਡੀ ਲਾਈਟ ਕਰਦੇ ਬੰਦ ਕਰਤੀ ਬੰਦ ਬਰਾਵੋ ਅਤੇ ਹੁਣ ਆਪਾਂ ਖਾਵਾਂਗੇ ਪ੍ਰਸ਼ਾਦਾ ਆਪਣੀ ਗੱਡੀ ਆ ਉਹ ਪਰੇ ਖੜੀ ਯਾਰ ਹੁਣ ਉੱਧਰ ਯਾਰ ਲਿਆਉ ਚਾਬੀ ਚੱਕੇ ਉੱਪਰੋਂ ਰਸ ਰੋਡ ਦੇ ਵਿੱਚ ਖੜੀ ਐਵੇਂ ਕੋਈ ਖਾਧੀ ਪੀਤੀ ਜਾ ਕੇ ਮਾਰ ਜੂ ਗੁਰਸ਼ਾਨ ਸਿੰਘ ਵੀ ਆ ਗਿਆ ਆਪਣਾ ਸਤਿ ਸ਼੍ਰੀ ਅਕਾਲ ਓਹੋ ਤੂੰ ਇੱਕ ਪਾਰੀ ਕਰ ਲਿਆ ਪਰ ਪੈਸ ਲੈ ਗਿਆ ਹਾਂ ਮੈਂ ਗੱਡੀ 'ਤੇ ਲਾਉਣ ਲੱਗਿਆ ਰੋਡ 'ਤੇ ਖੜੀ ਆ ਕਿਆ ਮੈਂ ਚਾਬੀ ਮਨ ਗੁਰਸ਼ਾਨ ਵੀਰ ਕੀ ਕਰਦਾ ਪੁੱਤਰ ਹੁਣ ਆਪਾਂ ਖਾਵਾਂਗੇ ਰੋਟੀ ਖਾਣ ਨੂੰ ਕੀ ਬਣਾਇਆ ਗੋਭੀ ਦੀ ਸਬਜ਼ੀ ਉਹ ਜਿਹਾ ਰੋਟੀ ਪਾਣੀ ਆਪਾਂ ਨੇ ਕਰਤਾ ਫਿਨਿਸ਼ ਆਪਣਾ ਉਹਨੂੰ ਗੁੜ ਦੀ ਰੋੜੀ ਲੈ ਦੇਖ ਕਿੱਦਾਂ ਬੁਰਾ ਨਹੀਂ ਖਾਣਾ ਗੁੜ ਕਿੱਥੇ ਪਏ ਹਾਂ ਛੁੱਟੀ ਪਈ ਬਹੁਤ ਨਹੀਂ ਖਾ ਗੁਰਸ਼ਾਨ ਸੌਂ ਗਿਆ ਗੁੜ ਸਵਾਦ ਨਹੀਂ ਹੈਗਾ ਇਹ ਹੋ ਲੈ ਮੰਮੀ ਇਸ ਵਾਰੀ ਖਾ ਲਿਆ ਮੈਂ ਤੂੰ ਆਖਿਆ ਨਹੀਂ ਬਣੀ ਬੁਲਾ ਤੂੰ ਸੋ ਗਏ ਆਪਾਂ ਹੁਣ ਰੋਟੀ ਪਾਣੀ ਛਕ ਲਿਆ ਤੈਨੂੰ ਕਰਾਂਗੇ ਦੋ ਤਿੰਨ ਘੰਟੇ ਰੈਸਟ ਅਤੇ ਫਿਰ ਚੱਲਾਂਗੇ ਆਪਾਂ ਆਪਣੀ ਦੁਕਾਨ 'ਤੇ ਸ਼ੋਪ 'ਤੇ ਕਰਾਂਗੇ ਆਪਣਾ ਕੰਮ ਕਾਰ ਸੋ ਗਏ ਯਾਰ ਆਪਾਂ ਸੌਂ ਸੁਖ ਉੱਠ ਖੜ੍ਹੇ ਅਤੇ ਚਾਹ ਪੀ ਕੇ ਪਹੁੰਚ ਗਏ ਆਪਣੀ ਸ਼ੋਪ 'ਤੇ ਸੁੱਤੇ ਬਹੁਤ ਅੱਜ ਦੋ ਘੰਟੇ ਸੌਣਾ ਸੀਗਾ ਅਤੇ ਕਰਦੇ ਕਰਦੇ ਤਿੰਨ ਘੰਟੇ ਲਗਭਗ ਸੌਂ ਲਏ ਪੌਣੇ ਛੇ ਹੋ ਗਏ 5:40 ਅਤੇ ਆਪਾਂ ਪਹੁੰਚ ਗਏ ਆਪਣੀ ਸ਼ੋਪ 'ਤੇ ਕੌਸ਼ਲ ਦਾ ਨੂੰ ਅਤੇ ਸਮਾਨ ਦੀ ਲਿਸਟ ਸਾਰੀ ਤਿਆਰ ਆ ਨਾ ਉਹ ਉੱਪਰ ਚੱਕ ਲਿਆ ਹਾਂ ਮੈਂ ਜਾ ਕੇ ਲਿਆਉਂਦਾ ਉਹ ਸਿਲੰਡਰ ਭਰਾ ਕੇ ਲੈ ਕੇ ਆਉਣਾ ਖੋਲ੍ਹਤਾ ਸਿਲੰਡਰ ਹੈ ਮੈਂ ਖੋਲ੍ਹਦਾ ਪਰ ਉਹ ਵਿੱਚੋਂ ਗੈਸ ਨਿਕਲਦੀ ਕਿੱਦਾਂ ਗੈਸ ਨਿਕਲਦੀ ਆ ਲੈਟ ਪਾ ਲਓ ਕਿਤੇ ਇਹਨੂੰ ਬੰਦ ਕਰ ਉੱਪਰ ਪਹਿਲਾਂ ਇਹਨੂੰ ਬੰਦ ਕਰ ਉੱਪਰ ਪਹਿਲਾਂ ਲੈ ਹੁਣ ਖੁੱਲੂਗਾ ਇਹਨੂੰ ਪਹਿਲਾਂ ਬੰਦ ਕਰਨਾ ਪੈਂਦਾ ਨਾ ਇੱਦਾਂ ਅੱਛਾ ਦੂਜੀ ਤਰ੍ਹਾਂ ਬੰਦ ਹੁੰਦਾ ਮੈਂ ਕੱਟਿਆ ਬੰਦ ਹੋ ਗਿਆ ਨਹੀਂ ਨਹੀਂ ਇਹ ਉਲਟਾ ਉੱਠਾ ਖੁੱਲਦਾ ਮੇਰੇ ਤੁਹਾਨੂੰ
ਮਿਲ ਆਉਂਦੀ ਆ ਤੇ ਇੱਕ ਨੇ ਫੁੱਲ ਤੋਣਾ ਪਹਿਲਾਂ ਨਾ ਹਾਂਜੀ ਹਾਂਜੀ ਉਹ ਸੀ ਸੀ ਕਰਦਾ ਮੈਂ ਕਹਿੰਦਾ ਮੈਂ ਦੁਬਾਰਾ ਫੇਕ ਕਰਦਾ ਉਸ ਨਾਲ ਤੁਸੀਂ ਕਰਤਾ ਪਰ ਇਹਨੂੰ ਦੇਣਾ ਉਹੀ ਤਾਂ ਗੱਲ ਕਰਦਾ ਹੈ ਚਾਬੀ ਦਾ ਬੋਲ ਦਾ ਹੱਥ ਨਾਲ ਕਸਤਾ ਮੈਂ ਇਹ ਪੁੱਠਾ ਖੁੱਲਦਾ ਹੁੰਦਾ ਨਾ ਘੁਮਾਉਣੇ ਨੂੰ ਹਲੇ ਵੀ ਨਹੀਂ ਇਹ ਚੱਕ ਉੱਪਰ ਮੜਾ ਢਿੱਲਾ ਹੋਣਗੇ ਪੁਆਤ ਮਾਰੇ ਨੂੰ ਹੌਲੀ ਜਾਂਦਾ ਹੌਲੀ 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 ਮੇਰਾ ਗੋਡਾ ਪੈ ਜਾਂਦਾ ਭੱਜਿਆ ਮੇਰਾ ਤੂੰ ਹੈ ਹਲ ਤਾਂ ਪੁਆਇੰਟ ਮੈਨੂੰ ਮਿਲੇ ਗੱਲੀ ਨਾ ਰਹਿਣ ਰਹਿਣ ਪਿੱਛੇ ਏਦਾਂ ਨਾ ਇਹ ਵੀ ਡਾਊਨ ਡਾਊਨ ਹੀ ਕਰੂਗਾ ਫਿਰ ਇੱਦਾਂ ਫਿੱਟ ਕਰਦਾ ਹੁਣ ਇਹ ਵਿੱਚ ਖੜਕੂਗਾ ਨਹੀਂ ਇਹ ਓਕੇ ਆਇਆ ਮੈਂ ਫਿਰ ਅਤੇ ਆਪਾਂ ਹੁਣ ਚੱਲਦੇ ਹਾਂ ਲੈਣ ਵਾਸਤੇ ਆਪਣੇ ਕਬਾਬ ਦਾ ਸਮਾਨ ਅਤੇ ਨਾਲੇ ਭਰਾ ਕੇ ਲਿਆਵਾਂਗੇ ਆਪਣਾ ਸਿਲੰਡਰ ਟ੍ਰੈਫਿਕ ਤਾਂ ਦੇਖੋ ਤੁਸੀਂ ਟ੍ਰੈਫਿਕ ਐਂਡ ਪੂਰੀ ਆਈਟਮ ਲੱਗੇ ਜਾਂਦੇ ਲਗਭਗ ਰੋਜ਼ ਚਲੋ ਆਪਾਂ ਤੁਹਾਨੂੰ ਮਿਲਦੇ ਹਾਂ ਫਰੂਟੀ ਦੁਕਾਨ 'ਤੇ ਜਾ ਕੇ ਲੈ ਵੀ ਆਪਾਂ ਹੁਣ ਪਹੁੰਚ ਗਏ ਇੱਥੇ ਅੰਦਰ ਚਲੋ ਪਹਿਲੋਂ ਨਾਨੂ ਜੀ ਗੱਡੀ ਆਪਣੀ ਲਓ ਜੀ ਚਲਾਵਾਂਗੇ ਸਿਲੰਡਰ ਆਪਾਂ ਨਾਲੇ ਡਾਕੂ ਹਿੰਦੀ ਸੀ ਅੰਨਾ ਅੱਜ ਡਾਕੂ ਹਿੰਦੀ ਸੀ ਨਾ ਤੁਹਾਨੂੰ ਵੱਧ ਫਲਸ ਪੇਜ ਦੇ ਅੰਤਰੋ ਸੋ ਜਿਹੜਾ ਆਪਾਂ ਸਮਾਨ ਆਪਾਂ ਲੈ ਲਿਆ ਇਹ ਬੂਸ ਤੇ ਲਿੱਤਾ ਸਮਾਨ ਆਪਾਂ ਨੇ ਆਪਣਾ ਗੜਦੂਰਿਆਂ ਦਾ ਚੱਕਾਂ ਸਿਲੰਡਰ ਪਹਿਲਾਂ ਭਰਿਆ ਵਾ ਤਾਂ ਬਹੁਤ ਭਾਰੀ ਹੋਏ ਤੁਹਾਡਾ ਕਦਾਂ ਇੱਦਾਂ ਹੀ ਅਤੇ ਆਪਾਂ ਚੱਲਦੇ ਆਪਣੀ ਸ਼ੋਪ 'ਤੇ ਜਾ ਕੇ ਉੱਥੇ ਕਰਦੇ ਆਪਣਾ ਕੰਮ ਕਰ ਫਿਰ ਚੱਲ ਭਾਈ ਚੱਲ ਭਾਈ ਚੱਲ ਇਹ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਐਂਡ ਫੁੱਲ ਟ੍ਰੈਫਿਕ ਆ ਸਾਰੇ ਪਾਸੇ ਹੁਣ ਆਪਾਂ ਕਰਾਂਗੇ ਆਪਣਾ ਸਮਾਨ ਫਸ ਗਈ ਫਿਰ ਜ਼ੋਰ ਪੂਰਾ ਲੈਂਦੀ ਹੈ ਇਹ ਚੱਕ ਬਈ ਬਾਬਾ ਜੀ ਪੜ ਗਿਆ ਇੰਨਾ ਅੱਛੇ ਇਹ ਚੀਜ਼ ਤਾਂ ਮੈਨੂੰ ਡਰ ਸੀਗਾ ਐਡਾ ਤਕੜਾ ਲਿਖਾਵਾ ਕਿੱਦਾਂ ਪੜ ਗਿਆ ਉਹ ਤੇਰਾ ਭਲਾ ਹੋ ਜਾਏ ਉਹ ਤਾਂ ਕੰਮ ਵੱਧ ਗਿਆ ਬੂਸਟ ਲਿਆਉਂਦੇ ਦੋ ਆਪਾਂ ਨੇ ਅੰਦਰੋਂ ਲੈ ਇਹਨਾਂ ਪਾਣੀ ਦੇ ਵਿੱਚ ਉਹ ਸੀਗਾ ਲਿਫਾਫੇ ਸਮਾਨ ਵੱਧ ਸੀਗਾ ਲਿਫਾਫਾ ਸੀਗਾ ਸਿੰਗਲ ਇੱਕ ਅਤੇ ਸਾਰੇ ਹੀ ਪੜ ਗਏ ਹੁਣ ਚੱਕਰ ਲਗੇ ਵੱਜ ਗਏ ਚੱਕਰ ਸਾਰੇ ਖੜੀ ਜਾਣ ਤੇ ਇੱਕ ਹੀ ਜੱਥਾ ਪਾ ਗਿਆ ਉਹਨਾਂ ਨੇ ਮੈਨੂੰ ਅਜੇ ਟਮਾਟਰ ਇੱਕ ਕਰ ਲਾ ਅਤੇ ਹੋਰ ਕੇ ਆ ਤਾਂ ਟਮਾਟਰ ਹੈ ਇਹਨੇ ਭੱਜਿਆ ਫਿਰ ਟਮਾਟਰ ਉੱਥੇ ਚੱਕ ਲਫਾਫਾ ਜਾ ਸਿਲੰਡਰ ਬਾਅਦ ਹਰਮੋਨ ਕਿਤਾਬ ਦਾ ਨਵੀਂ ਚੱਲ ਰਹਿਣ ਦੇ ਦੇਣ ਚੱਲ ਲੈ ਜਾਂਦਾ ਵੀ ਮੈਂ ਸਿਲੰਡਰ ਤਾਰ ਕੇ ਵਿੱਚ ਫਿੱਟ ਕਰ ਦੇਵਾਂ ਫਿੱਟ ਕਰਤਾ ਸਿਲੰਡਰ ਆਪਾਂ ਨੇ ਹੁਣ ਬਲ ਕੇ ਦੇਖਦੇ ਹਾਂ ਇੱਦਾਂ ਜਿੱਦਾਂ ਨਹੀਂ ਇੱਕ ਨਹੀਂ ਵਨ ਸੈਕਿੰਡ ਇਹਨੂੰ ਕੁਛ ਇਹ ਇੱਦਾਂ ਬਣ ਪਿਆ ਉਹਦੀ ਓਕੇ ਬਸ ਇਹਨੂੰ ਬੰਦ ਕਰਦੇ ਕੋਈ ਆਏ ਤਾਂ ਵੀ ਲਾ ਦੇਗਾ ਬਸ ਇਹਨੂੰ ਪੁਸ਼ ਕਰੀ ਮਾੜਾ ਵਿੱਚੋਂ ਇੱਦਾਂ ਬਸ ਬਸ ਛੱਡ ਦੇ ਓਕੇ ਹਰ ਭਰਿਆ ਨਾ ਤੁਸੀਂ ਸਿਲੰਡਰ ਆਪਣੇ ਕਰਤਾ ਆਪਣੇ ਫਿੱਟ ਅਤੇ ਹੁਣ ਆਪਾਂ ਕਰਦੇ ਆਪਣੇ ਕੰਮ ਕਰ ਦੀ ਸ਼ੁਰੂਆਤ ਅਰੇ ਕਰ ਦਿਓ ਵੀ ਹੈਗਾ ਚੋਰੀ ਕਰ ਦਿਓ
ਨਿਕਲੋ ਇੱਥੇ ਸਸਤਾ ਹੀ ਆ ਤੇ ਇੱਕ ਮੁੰਡਾ ਆਏਗਾ ਉਹਦੇ ਤੇ ਦੂਜਾ ਆਣੇ ਹੁਣ ਤੱਕ ਦਾ ਮਿੰਟ ਤੱਕ ਆ ਜਾਣਾ ਤੋਂ ਲੇਟ ਹੋ ਜਾਣਗੇ ਤੇ ਆਪਾਂ ਬਾਕੀ ਸਾਰੇ ਕੰਮ ਲੱਗਵਾ ਬੰਦੇ ਆ ਗਏ ਤੇ ਆਪਾਂ ਆਪਣੇ ਕੰਮ ਦੀ ਕਰਦੇ ਸ਼ੁਰੂਆਤ ਤੇ ਬਲੌਗ ਦਾ ਕਰਦੇ ਆਪਣੇ ਦਾ ਐਂਡ ਤੇ ਤੁਸੀਂ ਸਾਨੂੰ ਕੱਲ ਨੂੰ ਕਮੈਂਟਾਂ ਵੀ ਦੱਸਿਓ ਤੁਹਾਨੂੰ ਆਪਣਾ ਜਿਹੜਾ ਬਲੌਗ ਕਿਦਾਂ ਦਾ ਲੱਗਿਆ ਤੇ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨਹੀਂ ਕੀਤਾ ਹੁਣ ਤੱਕ ਕੱਲ ਨੂੰ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਆਈ ਵੀ ਜਾਵੇ।